CNW ਚੈਨਲ ਬਿਜ਼ਨਸ ਇੰਡੀਆ ਟੀਵੀ ਤੇ ਲੁਧਿਆਣਾ ਸਿਟੀ ਲਾਈਵ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਾਗੋ ਪੰਜਾਬ ਦੇ ਨਾਂ 'ਤੇ। ਉਹਦੇ ਵਿੱਚ ਪੰਜਾਬ ਦੀਆਂ ਵੱਖ ਵੱਖ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾਂਦਾ ਹੈ ਉਹਦੇ ਬਾਰੇ ਅਸੀਂ ਇੱਕ ਡਿਬੇਟ ਕਰਦੇ ਹਾਂ। ਉਹ ਪਿਛਲੀ ਵਾਰੀ ਅਸੀਂ ਜਿਹੜੀ ਡਿਬੇਟ ਕੀਤੀ ਸੀ ਵੀ ਪਾਣੀ ਦਾ ਪ੍ਰਦੂਸ਼ਣ ਜਾਂ ਪਾਣੀ ਕਿਵੇਂ ਹਵਾ ਪਾਣੀ ਦਾ ਪ੍ਰਦੂਸ਼ਣ ਦਾ ਕਿਵੇਂ ਹੱਲ ਹੋ ਸਕਦਾ, ਉਸ ਤੋਂ ਪਹਿਲਾਂ ਅਸੀਂ ਡਿਬੇਟ ਕੀਤੀ ਸੀ। ਅਤੇ ਜਿਹੜੀ ਹੈਗੀ ਆ ਇਸ ਵਾਰੀ ਜਿਹੜੀ ਨਵਾਂ ਸਮੱਸਿਆ ਹੈਗੀ ਆ ਉਹ ਸਮੱਸਿਆ ਜਿਹੜੀ ਆ ਟ੍ਰੈਫਿਕ ਕੰਟਰੋਲ ਕਿਵੇਂ ਕੀਤਾ ਜਾ ਸਕਦਾ, ਐਕਸੀਡੈਂਟ ਕਿਵੇਂ ਘਟਾਏ ਜਾ ਸਕਦੇ ਆ, ਇਸ ਤਰ੍ਹਾਂ ਇਸ ਵੱਖ ਵੱਖ ਡਿਬੇਟ ਅਸੀਂ ਕਰਦੇ ਹਾਂ। ਕੋਈ ਵੀ ਪੰਜਾਬ ਦੀਆਂ ਸਮੱਸਿਆ ਤੁਹਾਡੇ ਜ਼ਹਿਨ 'ਚ ਆਉਂਦੀ ਆ ਜਾਂ ਤੁਹਾਨੂੰ ਤੁਸੀਂ ਸੁਝਾਅ ਦੇਣਾ ਚਾਹੁੰਦੇ ਆ ਵੀ ਆਹ ਸਮੱਸਿਆ 'ਤੇ ਜਿਹੜੀ ਆ ਗੱਲਬਾਤ ਕਰਨੀ ਜ਼ਰੂਰੀ ਆ, ਤਾਂ ਉਹ ਵੀ ਸਾਨੂੰ ਜ਼ਰੂਰ ਸਮੱਸਿਆ ਦੇਖ ਕੇ ਭੇਜੋ ਅਤੇ ਉਹਦਾ ਹੱਲ ਵੀ ਲਿਖ ਕੇ ਭੇਜੋ। ਜਿਹੜਾ ਬੰਦਾ ਹੱਲ ਵਧੀਆ ਲਿਖ ਕੇ ਭੇਜਦਾ ਅਸੀਂ ਉਹਨੂੰ ਇਨਵਾਈਟ ਕਰਦੇ ਹਾਂ, ਡਿਬੇਟ 'ਚ ਪਾਰਟੀਸਪੇਟ ਕਰਨ ਲਈ ਉਹਨੂੰ ਇਨਵਾਈਟ ਕਰਦੇ ਹਾਂ। ਸੋ ਦੋਸਤੋ, ਵੱਧ ਤੋਂ ਵੱਧ ਜੁੜੋ ਤਾਂ ਕਿ ਆਪਾਂ ਇਹ ਜਿਹੜੀਆਂ ਸਮੱਸਿਆਵਾਂ ਨੇ ਹੁਣ ਜਿਵੇਂ ਬੇਰੁਜ਼ਗਾਰੀ ਹੋ ਗਈ, ਇਸ ਤਰ੍ਹਾਂ ਇਹ ਵੱਖ ਵੱਖ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ 'ਤੇ ਅਸੀਂ ਡਿਬੇਟਾਂ ਕਰਾਉਣੀਆਂ ਨੇ, ਡਿਬੇਟ ਕਰਾਉਣੀ ਆ, ਤੁਸੀਂ ਪਾਰਟੀਸਪੇਟ ਕਰਨਾ ਆ ਡਿਬੇਟ ਵਿੱਚ। ਤਾਂ ਮੇਰਾ ਨੰਬਰ ਨੋਟ ਕਰ ਲਓ, 90-23-73-11-34 ਅਤੇ ਦੂਸਰਾ ਨੰਬਰ 95-95-98। ਅਤੇ ਦੋਸਤ, ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਸਾਡੇ ਯੂਟਿਊਬ ਦੇ ਵੀ ਚੈਨਲ ਨੇ, ਕਮਰਸ਼ੀਅਲ ਪੇਜ ਵੀ ਬਣੇ ਹੋਏ ਨੇ ਅਤੇ ਕਮਰਸ਼ੀਅਲ ਸਾਈਟਾਂ ਵੀ ਬਣੀਆਂ ਹੋਈਆਂ। ਸੋ ਦੋਸਤੋ, ਜ਼ਰੂਰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਮੇਰਾ NRI ਵੀਰਾਂ ਦਾ ਮੇਰਾ ਸਪੈਸ਼ਲੀ ਥੈਂਕਸ ਹੈ ਜਿਨ੍ਹਾਂ ਤੋਂ ਵੱਲੋਂ ਸਪੋਰਟ ਮਿਲ ਰਹੀ ਆ, ਤੁਸੀਂ ਬਹੁਤ ਪਿਆਰ ਦੇ ਰਹੇ ਹੋ, ਸੁਝਾਅ ਵੀ ਦੇ ਰਹੇ ਹੋ, ਬਹੁਤ ਵਧੀਆ ਲੱਗ ਰਿਹਾ ਹੈ ਅਤੇ ਬਹੁਤ ਮੈਸੇਜ ਵੀ ਪਾਉਂਦੇ ਆ, ਦੂਰੋਂ ਦੂਰੋਂ ਮੈਸੇਜ ਆਉਂਦੇ ਆ, ਉਹ ਡਿਬੇਟ ਦੇ ਵਿੱਚ ਮੈਂ ਮੈਸੇਜ ਵੀ ਦੱਸ ਦਿੰਦਾ ਕਿੰਨਾ ਵੱਲੋਂ ਕਿਹੜਾ ਮੈਸੇਜ। ਸੋ ਦੋਸਤੋ, ਇਸੇ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਨਸ਼ੇ ਦੀ ਖਾਤਮੇ ਲਈ ਕਿਵੇਂ ਖਤਮ ਹੋ ਸਕਦਾ ਉਹਦੇ ਬਾਰੇ ਡਿਬੇਟ ਕੀਤੀ ਸੀ, ਬਹੁਤ ਵਧੀਆ ਵਿਚਾਰ ਆਏ ਲੋਕਾਂ ਦੇ ਬਹੁਤ। ਅਤੇ ਨਸ਼ੇ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਅੰਕੜਾ ਮਾਰਨਾ ਪੈਣਾ, ਤਾਂ ਹੀ ਇਹ ਨਸ਼ੇ ਦਾ ਜਿਹੜਾ ਖਾਤਮਾ ਉਹ ਪੰਜਾਬ 'ਚੋਂ ਨਸ਼ਾ ਖਤਮ ਹੋ ਸਕਦਾ। ਬੜੀ ਸੋਚਣ ਵਾਲੀ ਗੱਲ ਆ, ਪਹਿਲਾਂ ਮੁੰਡੇ ਨਸ਼ੇ ਨਾਲ ਕਦੇ ਕਦਾਈ ਸੁਣਦੇ ਸੀ, ਪਰ ਹੁਣ ਉਹ ਦੂਜੇ ਤੀਜੇ ਦਿਨ ਕੁੜੀਆਂ ਦਾ ਵੀ ਵਿੱਚ ਇਹ ਬਹੁਤ ਮੰਦ ਭਾਗੀ ਸਾਵਾਂ ਨੇ, ਬਹੁਤ ਇਹਦੇ ਬਾਰੇ ਜ਼ਰੂਰ ਆਪਾਂ ਨੂੰ ਜਾਣੀ ਨਸ਼ੇ ਦੇ ਬਾਰੇ ਸਾਰਿਆਂ ਨੂੰ ਰਲ ਕੇ ਕਰਨਾ। ਸੋ ਦੋਸਤੋ, ਇਸੇ ਤਰ੍ਹਾਂ ਦੀਆਂ ਕੋਈ ਸਮੱਸਿਆਵਾਂ ਦਾ ਹੱਲ ਕਿਵੇਂ ਹੋ ਸਕਦਾ ਅਤੇ ਕਿਹੜੀਆਂ ਕਿਹੜੀਆਂ ਸਮੱਸਿਆ 'ਤੇ ਸਾਨੂੰ ਡਿਬੇਟ ਕਰਨੀ ਚਾਹੀਦੀ ਹੈ, ਉਹਦੇ ਲਈ ਜ਼ਰੂਰ ਲਿਖੋ, ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਮਿਹਰਬਾਨੀ, ਧੰਨਵਾਦ।